ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਦੀਪ ਸਿੰਘ ਤੇ ਮੇਰੇ ਨਾਲ ਬਾਪੂ ਹਰਪਾਲ ਸਿੰਘ ਜੀ ਸ਼ਮਲਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ। ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਸਮਾਜਿਕ ਤੱਥ, ਲੋਕ ਤੱਥ, ਸੱਚੀਆਂ ਸੱਚੀਆਂ ਗੱਲਾਂ। ਸੁਣਿਓ ਗੌਰ ਨਾਲ। ਬਹੁਤਾ ਬਾਤਨੀ ਦੇ ਨਾਲ ਨਹੀਂ ਉਹ ਲੜੀਦਾ, ਧੋਖਾ ਕਦੇ ਨੀ ਮਸ਼ੂਕ ਨਾਲ ਕਰੀਦਾ, ਧੋਖਾ ਕਦੇ ਨੀ ਮਸ਼ੂਕ ਨਾਲ ਕਰੀਦਾ, ਬਹੁਤਾ ਪਤਨੀ ਦੇ ਨਾਲ ਨਹੀਂ ਉਹ ਲੜੀਦਾ। ਨਾਰੀ ਉਹ ਪਰੀ, ਨਾਰੀ ਉਹ ਪਰੀ, ਉਹ ਪਰੀ ਨੀ ਗੱਡੀ ਚ ਬਿਠਾਉਣੀ ਚਾਹੀਦੀ, ਉਹ ਗੰਨ ਆਪਣੀ ਆਪਣੀ ਨੀ ਕਿਸੇ ਨੂੰ ਫੜਾਉਣੀ ਚਾਹੀਦੀ, ਗੰਨ ਆਪਣੀ। ਸਾਡੂ ਉੱਤੇ ਨਾ ਭਰੋਸਾ ਬਹੁਤਾ ਰੱਖੀਏ, ਸਾਲੀ ਨਾਲ ਨਾ ਇਕਾਂਤ ਵਿੱਚ ਹੱਸੀਏ, ਉਹ ਸਾਲੀ ਨਾਲ ਨਾ ਇਕਾਂਤ ਵਿੱਚ ਹੱਸੀਏ, ਸਾਡੂ ਉੱਤੇ ਨਾ ਭਰੋਸਾ ਬਹੁਤਾ ਰੱਖੀਏ। ਉਹ ਲਾਣੇਦਾਰੀ ਨੀ ਜਵਾਈ ਨੂੰ ਸੰਭਾਉਣੀ ਚਾਹੀਦੀ, ਉਹ ਗੰਨ ਆਪਣੀ ਆਪਣੀ ਨੀ ਕਿਸੇ ਨੂੰ ਫੜਾਉਣੀ ਚਾਹੀਦੀ, ਉਹ ਗੰਨ ਆਪਣੀ। ਘਰੇ ਮਹਿਫਲ ਯਾਰਾਂ ਦੀ ਸਜਾਈ ਦੀ, ਉਹ ਦਾਰੂ ਘਰ ਦੀ ਨੀ ਗੈਰਾਂ ਨੂੰ ਪਲਾਈ ਦੀ, ਉਹ ਦਾਰੂ ਘਰ ਦੀ ਨੀ ਗੈਰਾਂ ਨੂੰ ਪਲਾਈ ਦੀ, ਘਰੇ ਮਹਿਫਲ ਨੀ ਯਾਰਾਂ ਦੀ ਲਗਾਈ ਦੀ, ਰਾਖੀ ਦੁੱਧ ਦੀ ਨੀ ਬਿੱਲੇ ਤੋਂ ਕਰਾਉਣੀ ਚਾਹੀਦੀ, ਬਈ ਗੰਨ ਆਪਣੀ ਆਪਣੀ ਨੀ ਗੈਰਾਂ ਨੂੰ ਫੜਾਉਣੀ ਚਾਹੀਦੀ, ਉਹ ਗੰਨ ਆਪਣੀ। ਉਹ ਰੱਬ ਮੰਨੀਏ ਨਾ ਬੂਵਨੇ ਜੇ ਸਾਧ ਨੂੰ, ਮੂੰਹੋਂ ਮੰਗ ਕੇ ਨਾ ਲਈਏ ਕਦੇ ਦਾਜ ਨੂੰ, ਮੂੰਹੋਂ ਮੰਗ ਕੇ ਨਾ ਲਈਏ ਕਦੇ ਦਾਜ ਨੂੰ, ਰੱਬ ਮੰਨੀਏ ਨਾ ਹਰ ਇੱਕ ਸਾਧ ਨੂੰ। ਗੋਲੀ ਪੈਲਸਾਂ ਦੇ ਵਿੱਚ ਨੀ ਚਲਾਉਣੀ ਚਾਹੀਦੀ, ਉਹ ਗੰਨ ਆਪਣੀ ਆਪਣੀ ਨੀ ਕਿਸੇ ਨੂੰ ਫੜਾਉਣੀ ਚਾਹੀਦੀ, ਬੰਦੂਕ ਆਪਣੀ। ਦਾੜੀ ਰੱਖ ਕੇ ਨੀ ਕੱਲ ਫਲ ਗਾਈ ਦੀ, ਮੂਹਰੇ ਮਾਪਿਆਂ ਦੇ ਮੁੱਛ ਨੀ ਚੜਾਈ ਦੀ, ਮੂਹਰੇ ਮਾਪਿਆਂ ਦੇ ਮੁੱਛ ਨੀ ਚੜਾਈ ਦੀ, ਦਾੜੀ ਰੱਖ ਕੇ ਨੀ ਕੱਲ ਫੁੱਲ ਗਾਈ ਦੀ। ਬਿੰਦੀ ਸੁਰਖੀ ਨੀ ਵਿਧਵਾ ਨੂੰ ਲਾਉਣੀ ਚਾਹੀਦੀ, ਬਈ ਗੰਨ ਆਪਣੀ ਆਪਣੀ ਨੀ ਕਿਸੇ ਨੂੰ ਫੜਾਉਣੀ ਚਾਹੀਦੀ, ਗੰਨ ਆਪਣੀ। ਗੱਲਾਂ ਜਿਹੜੀਆਂ ਸਿਆਣਿਆਂ ਨੇ ਦੱਸੀਆਂ, ਉਹੀ ਸ਼ਮਲੇ ਨੇ ਤੁਹਾਡੇ ਮੂਹਰੇ ਰੱਖੀਆਂ। ਗੱਲਾਂ ਜਿਹੜੀਆਂ ਸਿਆਣਿਆਂ ਨੇ ਦੱਸੀਆਂ, ਉਹੀ ਸ਼ਮਲੇ ਨੇ ਤੁਹਾਡੇ ਅੱਗੇ ਰੱਖੀਆਂ। ਸੱਚ ਚੱਲਣ ਦੀ ਜੁਰਤ ਦਿਖਾਉਣੀ ਚਾਹੀਦੀ, ਉਹ ਗੰਨ ਆਪਣੀ ਆਪਣੀ ਨੀ ਕਿਸੇ ਨੂੰ ਫੜਾਉਣੀ ਚਾਹੀਦੀ, ਉਹ ਗੰਨ ਆਪਣੀ। ਸਭ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।